ਸੋ ਗਾਇਸ ਹੁਣ ਮੈਂ ਆਪਣਾ ਇੱਕ ਆ ਲੈ ਆਇਆ ਪਾਵਰ ਬੈਂਕ ਇੱਕ ਆ ਦੀ ਲਿਆਂਦੀ ਜਿੰਨਾ ਚਾਰਜ ਹੋਊਗਾ ਪੱਗ ਬਣਵਾਏ ਤੇ ਹੁਣ ਚੱਲੇ ਘਰੇ Yes, bro. Hello guys, ho gaya main ready. Theek hai? Apna coat pant. Na paale chale aa gaddi hun. Anke ji, chalo andar. ਗੱਡੀ ਵੱਜ ਗਈ ਹੈ ਗੱਡੀ ਵੱਜ ਗਈ ਪੱਕਾ ਪਹੁੰਚਣਾ ਵਧੀਆ ਹੋਇਆ ਸੋ ਗਾਈਸ ਹੁਣ ਮੈਂ ਆਪਣਾ ਇੱਕ ਆ ਲੈ ਆਇਆ ਪਾਵਰ ਬੈਂਕ ਆ ਦੇਖੋ ਕਿਹੜੀ ਕੰਪਨੀ ਟੋਰੇਟੋ ਇਹ ਬਸ ਮੈਂ ਆਪਣੇ ਟਾਈਮ ਪਾਸ ਵਾਸਤੇ ਲਿਆਂਦਾ ਕਿਉਂਕਿ ਹੁਣ ਅੱਜ ਮੈਂ ਸਦਨ 'ਤੇ ਆਪਣਾ ਫੋਨ ਚਾਰਜ ਕਰਨਾ ਸੀ ਅਤੇ ਮੇਰਾ ਚਾਰਜਰ ਖਰਾਬ ਹੋ ਗਿਆ ਬੜੀ ਮੁਸ਼ਕਲ ਤੁਹਾਡਾ ਵਲੋਗ ਬਣਿਆ ਜਿਹੜਾ ਤੁਸੀਂ ਦੇਖਣਾ ਸੀ ਅਤੇ ਆਹ ਦੇਖੋ ਇੱਕ ਦੀ ਚਾਰਜਿੰਗ ਕੇਬਲ ਆ ਅਤੇ ਨਾਲ ਇੱਕ ਆਹ ਦੀ ਲਿਆਂਦੀ ਜਿੰਨਾ ਚਾਰਜ ਹੋਊਗਾ ਅਤੇ ਇਹਦੀ ਹੈਗੀ ਹੈ ਪਾਵਰ 10,000 mAh A few moments later ਪੱਗ ਬਣਵਾਏ ਅਤੇ ਹੁਣ ਚੱਲੇ ਘਰੇ ਅੱਜ ਵਿਆਹ ਵਾ ਪੱਗ ਬਣਵਾ ਲਈ ਹੋਈ ਸੈਟ ਹੁਣ ਆਪਾਂ ਪਾਵਾਂਗੇ ਬਾਸਕਟ ਇਹ ਮੇਰਾ 3 ਪੀਸ ਹੈਗਾ ਵਾ ਕੋਟਬੈਂਡ ਉਹ ਯਾਰ ਵੀ ਆ ਜਾ ਰਹਾ ਨਾ ਗੱਲ ਆਹ ਬੈਲਟ ਬੜੀ ਔਖੀ ਲੱਗਦੀ ਔਖੀ ਆ ਸੱਚੀ ਠੀਕ ਆ ਬੈਲਟ ਓਏ ਆ ਬਾਸ ਇਹਦੇ ਥੱਲੇ ਲੋਕੀ ਜਾਣੀ ਬੈਲਟ ਪਾਏ ਵੀ Yes, bro. Abhi accessories. Hello. A few moments later. Hello guys, ho gaya main ready. Theek hai? Apna coat pant. Hun chale aa baahar laake. Gaddiya baahar lagiyan. Aa jao. Dassa meri outfit kaho ji. Kuri rang lunch karke na khadi. Theek hai? Naale aa taiyari dekho meri. Eh cheeza da ਫਾਇਦਾ ਆ ਵਿੱਚ ਨੋਟ ਦੀ ਕਾਪੀ ਪਾਈ ਅੱਗੇ ਮੈਨੂੰ ਜੇਬਾਂ 'ਚ ਬੜੀ ਜਾਂਦੀ ਸੀ ਇੱਧਰ ਮੇਰਾ ਇੱਕ ਆਈਫੋਨ 8 ਆ ਦੇਖੋ ਇੱਧਰ ਆਈਫੋਨ 8 ਇੱਧਰ ਆਈਫੋਨ 8 ਇੱਧਰ 13 ਜੀ ਆਹ ਵਾਲਾ ਪੈ ਜਾਣਾ ਠੀਕ ਆ ਨਾਲ ਇੱਧਰ ਰੁਮਾਲ ਵੀ ਆ ਇੱਧਰ ਵੀ ਕਾਪੀ ਹੈਗੀ ਆ ਅਤੇ ਇੱਧਰ ਵੀ ਕਾਪੀ ਹੈਗੀ ਆ ਅਤੇ ਹੋਰ ਅੰਕਿਤ ਨੇ ਮੇਰਾ ਪਾਵਰ ਬੈਂਕ ਫੜਿਆ ਕਿਤੇ ਇਹਨੇ ਪਾਵਰ ਬੈਂਕ ਫੜਿਆ ਹਾਂ ਇੱਕੋ ਤਿਆਰੀ ਪੂਰੀ ਕੀਤੀ ਹੋਈ ਆ ਤੁਹਾਡਾ ਵਲੌਗ ਨਹੀਂ ਲੈਣਾ ਚਾਹੀਦਾ ਕਿਉਂਕਿ ਕੱਲ੍ਹ ਸਗਨ 'ਤੇ ਮੈਨੂੰ ਬੜੀ ਤੰਗੀ ਹੋਈ ਉਹ ਇਸ ਕਰਕੇ ਕਹੂੰਗੀ ਮੇਰੇ ਫੋਨ ਦੀ ਬੈਟਰੀ ਘੱਟ ਹੋ ਗਈ ਸੋ ਆ ਜਾਓ ਚੱਲੀਏ ਹੁਣ ਗੱਡੀ 'ਚ ਅਤੇ ਉਨੀ ਤਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਅੰਕਿਤ ਨੂੰ ਵੀ ਵੇਖੋ ਅੱਗੇ ਹੋਈ ਵੀਰੇ ਪੂਰਾ ਕੋਟ ਪੈਂਟ ਪਾ ਕੇ ਰੈਡੀ
ਤੇ ਹੁਣ ਆਪਾਂ ਥੋੜੀ ਬੜੀ ਸਟੋਰੀ ਪਾ ਲਈਏ ਇੰਸਟਾਗ੍ਰਾਮ ਤੇ ਓਕੇ A few moments later ਆਪਾਂ ਤੇ ਚੱਲੇ ਆ ਗੱਡੀ ਤੇ ਹੁਣ ਅੰਕਿਤ ਜੀ ਚਲੋ ਅੰਦਰ ਬੈਠੋ ਅੱਗੇ ਦੋ ਜਣਿਆਂ ਨੇ ਬਹਿਣਾ ਵਾ ਥੋੜ੍ਹਾ ਹੋਰ ਅੱਗੇ ਆ ਫੋਨ ਫੜੀ ਮੇਰਾ ਆ ਜੀ ਸਾਰੇ ਬਸ ਇੱਕ ਗੱਡੀ ਰਹਿ ਗਈ ਹੁਣ ਬਾਕੀ ਸਾਰੇ ਪਹੁੰਚ ਗਏ ਏਸੀ ਲਾ ਦੋ ਭਾਈ A few moments later ਗੱਡੀ ਵੱਜ ਗਈ ਹੈ ਗੱਡੀ ਵੱਜ ਗਈ ਵਰਨਾ ਵੱਜ ਗਈ ਸਾਡੀ ਗੱਡੀ 'ਚ ਮੰਗਾ ਪੈ ਗਿਆ ਕੱਲ ਵੀ ਸਾਡਾ ਐਕਸੀਡੈਂਟ ਹੋਣ ਲੱਗਾ ਸੀ ਅੱਜ ਵੀ ਐਕਸੀਡੈਂਟ ਹੋ ਹੀ ਗਿਆ ਪਰ ਆਪਾਂ ਬੈਠੇ ਹਾਂ ਇੱਧਰਲੇ ਬੰਨੇ ਗੱਡੀ ਉੱਧਰਲੇ ਬੰਨੇ ਲਾ ਸੈੱਟ ਬੜੀ ਮੁਸ਼ਕਲ ਹੀ ਹੋਇਆ ਯਾਰ ਆ ਗਏ ਭਾਈ ਚਲੋ ਚਲੋ ਜਿਹੜੇ ਮਸਲਾ ਸੋਚ ਕਰਾਇਆ ਉਹਨਾਂ ਦਾ ਮਸਾ ਹੀ ਕੰਮ ਬਣਿਆ ਹੈ ਆਪਣਾ ਭਰਾ ਕੱਲ ਦੇ ਗਾਇਸ ਸਾਡੇ ਨਾਲ ਨਾ ਮਤਲਬ ਭੈਣ ਐਕਸੀਡੈਂਟ ਵਾਲੇ ਬੜੇ ਸੀ ਹੁੰਦੇ ਕੱਲ ਵੀ ਵੱਜਣ ਲੱਗੀ ਸੀ ਗੱਡੀ ਪੁੱਛ ਲਿਆ ਕਾਕੇ ਨੂੰ ਕੱਲ ਵੀ ਬੜੀ ਮੁਸ਼ਕਲ ਵਜੇ ਬੱਸ ਤੇ ਵਜੇ ਨਹੀਂ ਗੱਡੀ ਬਹੁਤ ਤੇਜ਼ 80 90 ਦੀ ਸਪੀਡ ਤੇ ਆਹੋ ਜਾਓ ਅੱਜ ਫੇਰ ਬਚ ਗਏ ਚਲੋ ਆਹੋ ਦੇ ਦਿੱਤਾ 5000 ਰੁਪਏ